ਜਿਹੜੀ ਮੇਰੇ ਬਜ਼ੁਰਗ ਤੇ ਰਹਿ ਕੋਈ ਬੱਚਿਆਂ ਨੂੰ ਪਤਾ ਨਹੀਂ ਸੀ ਹੋਣਾ, ਉਸ ਪਿੰਡ ਉਸ ਧਰਤੀ ਨੂੰ ਮੁੜ ਮੁੜ ਕੇ ਨਮਨ ਕਰਨ ਨੂੰ ਜੀ ਕਰਦਾ, ਜਿਹੜੀ ਉਹ ਯਾਦ ਤਾਜ਼ਾ ਕਰਤੀ ਆ। ਜਦ ਤੱਕ ਜੀਆਂਗੇ ਕਦੀ ਵਕਤ ਮਿਲਿਆ ਤੇ ਫਿਰ ਮਿਲਾਂਗੇ, ਨਾਸਰ ਨੂੰ ਦਿਆਂਗੇ ਨਿਉਤਾ ਇੱਕ ਵਾਰੀ ਪਿੰਡ ਆ ਸਾਡਾ ਵੀ ਵੇਖ, ਤੁਹਾਡੇ ਬਜ਼ੁਰਗਾਂ ਦੀਆਂ ਮਸੀਤਾਂ ਘਰ ਕੋਠੀਆਂ ਜਿਹੜੇ ਉਹਨਾਂ ਨੇ ਵੇਲੀਆਂ ਸਨ ਅੱਜ ਵੀ ਮੌਜੂਦ ਨੇ। ਪਿੰਡ ਵੇਖ ਕੇ ਆਪਣਾ ਕਿੱਦਾਂ ਲੱਗ ਰਿਹਾ? ਮੈਂ ਕਹਿੰਦਾ ਪੁੱਛੋ ਨਾ, ਮੈਂ ਤੇ ਨਾ ਉਹ ਜਿਵੇਂ ਕੋਈ ਭਾਵਕ ਇਮੋਸ਼ਨਲ ਹੋ ਜਾਂਦਾ, ਅੱਜ ਉਸ ਰੂਹ ਦੇ ਵਿੱਚ ਆ ਚੁੱਕੇ ਹਾਂ। ਮੁੜ ਮੁੜ ਕੇ ਜੀ ਕਰਦਾ ਹੈ। ਇੱਕ ਵਾਰੀ ਉਹ ਅੱਲਾਹ ਤਾਲਾ ਨੂੰ ਦੁਆ ਦਿਆਂ ਔਰ ਕਰਾਂ ਧੰਨਵਾਦ, ਇਹੋ ਜਿਹੀਆਂ ਰੂਹਾਂ ਮਿਲੀਆਂ ਇਹ ਨਾਸਰ ਜੀਆਂ ਜਿਨ੍ਹਾਂ ਨੇ ਸਾਨੂੰ ਉਹਨਾਂ ਨੂੰ ਮਿਲਾ ਦਿੱਤਾ ਅਤੇ ਘਰ ਘਰ ਲੈ ਗਏ, ਸਾਡੇ ਘਰ ਸਾਡੀ ਜ਼ਮੀਨ ਉਹ ਸਾਡੇ ਗੁਰਦੁਆਰੇ ਦੀਆਂ ਸਾਰੀਆਂ ਪੁਰਾਣੀਆਂ ਰੂਹਾਂ ਤਾਜ਼ਾ ਕਰਦੀਆਂ ਨੇ। ਗੁੜ ਤੋਂ ਲੈ ਕੇ ਇਧਰ ਨੂੰ ਅੱਗੋ ਜਿਸ ਤੁਹਾਨੂੰ ਦੱਸਿਆ ਉੱਥੇ ਤੱਕ। ਅੱਛਾ, ਇਹ ਪੁਰਾਣੀ ਯਾਦ ਹੈ ਤੁਹਾਡੀ? ਉਹ ਵੀ ਸਭ ਹਾਲ ਲੈਂਦੇ ਪੁਰਾਣਾ ਥੋੜ੍ਹਾ ਜਿਹਾ, ਇੱਕ ਤਾਂ ਪੁਰਾਣਾ ਹਿੱਸਾ ਥੋੜ੍ਹਾ ਜਿਹਾ ਵਿਖਾ ਲੈਂਦੇ ਉਧਰੋਂ, ਉਹ ਨਹੀਂ ਉਹ ਉੱਤਰ ਵਿਖਾ ਦਿੰਦੇ ਨੇ, ਆਹ ਵੇਖੋ ਇਹ ਵੀ ਵਿਖਾ ਦਿੰਦੇ ਆ ਨਾ, ਅਤੇ ਉਹਨਾਂ ਨੂੰ ਸਿਰਿਆ ਵੀ ਕੱਢਣੀ ਉਦੋਂ ਵਾਲੀ। ਰਿਟਾਇਰ ਹੋ ਕੇ ਜਦੋਂ ਆਇਆ ਤਾਂ ਪਹਿਲੀ ਵਾਰੀ ਉਹਨਾਂ ਦੀ ਯਾਦ ਵੇਖ ਕੇ ਅੱਜ ਮਨ ਖੁਸ਼ ਹੋਇਆ। ਕਦੀ ਉਹਨਾਂ ਨੇ ਆਖਿਆ ਹੋਣਾ ਅਸੀਂ ਬਾਹਰ ਚਲੇ ਜਾਵਾਂਗੇ, ਇਹ ਧਰਤੀ ਨੂੰ ਨਮਨ ਕਰਨੇ ਆ ਇਸ ਨੂੰ, ਅਤੇ ਦੂਜਾ ਇਹਨਾਂ ਭਰਾਵਾਂ ਦਾ ਨਾਸਰ ਹੋਣਾ ਦਾ, ਇਹ ਹਰਪਾਲ ਜੀ ਪਟਿਆਲੇ ਵਾਲੇ, ਇਹਨਾਂ ਦਾ ਧੰਨਵਾਦ ਕਰਨੇ ਹਾਂ। ਇਹਨਾਂ ਨੇ ਇਸ ਚੈਨਲ ਨੇ ਵਰਲਡ ਦੇ ਉੱਤੇ ਸਾਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਨੇ ਵੀ ਉਹ ਸੁਣ ਕੇ ਜਿਹੜੇ ਕਦੀ ਤੋਂ ਬਜ਼ੁਰਗ ਸੂਬੇਦਾਰ ਉੱਠ ਕੇ ਗਏ ਸਨ, ਉਹ ਇੰਡੀਆ ਦੇ ਵਿੱਚੋਂ ਪਿੰਡ ਨਿਮਣਾਬਾਦ ਦੇ ਵਿੱਚੋਂ ਉਹਨੂੰ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ, ਮੈਂ ਸੁਖਵੰਤ ਸਿੰਘ ਇਹਨਾਂ ਸਾਰਿਆਂ ਦਾ ਰਿਣੀ ਰਹਾਂਗਾ ਜ਼ਿੰਦਗੀ ਤੱਕ, ਜਦ ਤੱਕ ਮੇਰੇ ਸਵਾਸ ਰਹਿਣਗੇ। ਇਹਨਾਂ ਨੇ ਉਹ ਯਾਦਾਂ ਤਾਜ਼ਾ ਕਰਤੀਆਂ ਨੇ ਜਿਹੜੀਆਂ ਅੱਜ ਤੋਂ 100 ਸਾਲ ਪਹਿਲਾਂ 1922 ਦੇ ਕਰੀਬ ਸਾਡੇ ਬਜ਼ੁਰਗ ਰਿਟਾਇਰ ਹੋਏ ਸਨ, 22 ਅਤੇ 25 ਦੇ ਵਿੱਚ ਜਦੋਂ ਆਹ ਚੁਬਾਰੇ ਆਹ ਇੱਟਾਂ ਲੱਗੀਆਂ ਸਨ, ਅੱਜ ਇਸ ਧਰਤੀ ਨੂੰ ਨਮਨ ਕਰਨ ਨੂੰ ਜੀ ਕਰਦਾ ਹੈ ਅਤੇ ਮਨ ਖੁਸ਼ ਹੋਇਆ, ਆਤਮਾ ਖੁਸ਼ ਹੋਈ ਹੈ ਵੀ ਇਹਨੂੰ ਮੁੜ ਮੁੜ ਕੇ ਗੁਰਦਾਸ ਮਾਨ ਕਹਿੰਦਾ ਮੁੜ ਮੁੜ ਯਾਦ ਸਤਾਵੇ ਉਹਨਾਂ ਗਲੀਆਂ ਦੀ, ਸਾਨੂੰ ਉਹ ਯਾਦ ਤਾਜ਼ਾ ਹੋ ਗਈ ਜਿਵੇਂ ਅਸੀਂ ਅੱਜ ਵੀ ਉਹ ਹੀ ਰੂਹਾਂ ਨੇ। ਅਤੇ ਉਦੋਂ ਵੱਧ ਇਹਨਾਂ ਦਾ ਰਿਣੀ ਆ ਜਿਨ੍ਹਾਂ ਨੇ ਸਾਨੂੰ ਉਹਨਾਂ ਘਰਾਂ 'ਚ ਵਿਖਾਇਆ ਹੈ, ਉਹ ਯਾਦਾਂ ਤਾਜ਼ਾ ਕਰਾਈਆਂ, ਸਾਨੂੰ ਕੀ ਪਤਾ ਹੈ। ਇਹ ਸੌਣ ਕੀ ਪਿੰਡ ਇਹਨਾਂ ਨੇ ਇਹ ਵੀ ਦੱਸਿਆ ਹੈ ਬਈ ਉਸ ਸੱਚੇ ਸੌਦੇ ਤੋਂ ਉੱਠ ਕੇ ਜਦੋਂ ਭਰਾਵਾਂ ਨੇ ਵੰਡਾਂ ਪਾਈਆਂ ਉਦੋਂ ਨਾ ਨਹਿਰਾਂ ਸਨ ਨਾ ਕੋਈ ਬਿਜਲੀ ਸੀ, ਪਰ ਐਡੀ ਦੂਰ ਨਹੀਂ ਜਾਇਆ ਜਾਂਦਾ, ਫਿਰ ਜਿਹਦੇ ਜਿਹਦੇ ਨਾਲ ਇਹਨਾਂ ਦੀ ਰਾਸ਼ੀ ਰਲਦੀ ਸੀ, ਕੋਈ ਮੋਚੀ ਲੁਹਾਰ ਚਮਾਰ ਸੈਣੀ ਨਾਈ ਉਹਨਾਂ ਨੂੰ ਆਪਣੀ ਸਹੂਲਤਾਂ ਵਾਸਤੇ ਭਰਾਵਾਂ ਨੇ ਆਪਣੇ ਕੋਲ ਵਸਾਇਆ, ਜਿਹਦੇ ਨਾਂ ਤੋਂ ਅੱਜ ਪਿੰਡ ਵਸ ਗਏ ਨੇ ਸੌਣ ਕੇ ਚੰਨਿਆਂ ਵਾਲੀ ਕੱਕੀ। ਬੜਾ ਦਿਲ ਖੁਸ਼ ਹੈ ਮਗਰੋਂ ਅੰਗਰੇਜ਼ ਸਰਕਾਰ ਨੇ ਨਹਿਰਾਂ ਕੱਢ ਦੀਆਂ ਜਿਨ੍ਹਾਂ ਦੀ ਬਦੌਲਤ ਡਾਕ ਬੰਗਲਾਦੇਸ਼ ਦੀਆਂ ਘੜ ਕੇ ਲੱਗੀਆਂ। ਵਾਹ ਜੀ ਵਾਹ, ਮਤਲਬ ਉਦੋਂ ਇਹ ਪਿੰਡ ਦੇ ਵਿੱਚ ਕੋਈ ਚੁਬਾਰਾ ਨਹੀਂ ਸੀ ਹੁੰਦਾ? ਨਹੀਂ, ਇਹ ਇਕੱਲਾ ਤੁਹਾਡਾ ਸੀ ਜੀ। ਅੱਛਾ ਜੀ, ਅੱਛਾ ਕੋਈ ਚੁਬਾਰਾ ਨਹੀਂ ਸਨ ਉਦੋਂ? ਨਾ, ਉਦੋਂ ਇਕੱਲਾ ਹੀ ਸੀ, ਉਦੋਂ ਪੈਸੇ ਕਿਸੇ ਕੋਲ ਹੈ ਹੀ ਨਹੀਂ ਸੀ, ਪੈਸਾ ਹੀ ਕੋਈ ਨਹੀਂ ਸੀ। ਹਾਂਜੀ ਹਾਂਜੀ, ਇਹ ਰਿਟਾਇਰ ਹੋ ਕੇ ਆਏ ਤਾਂ ਇਹ ਰਿਟਾਇਰ ਹੋ ਗਏ। ਹਾਂਜੀ ਹਾਂਜੀ, ਉਹਨਾਂ ਨੇ ਫਿਰ ਮਕਾਨ ਬਣਾਈਏ, ਰੋਟੀ ਕੱਪੜਾ ਮਕਾਨ ਉਹ ਪੂਰਾ ਕਰੀਏ, ਉਹਦੇ ਕਰਕੇ ਇਹਨਾਂ ਨੇ ਅੱਛਾ ਛੱਤਾਂ ਉਹ ਇਹਨੇ ਤੁਹਾਡੀਆਂ ਹੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ ਗੁਰੂ ਨਾਨਕਾ। ਆਹ ਵੇਖੋ ਆਹ ਧਰਤੀ, ਆਹ ਵੇਖੋ ਛੱਤ, ਆਹ ਉਹ ਛੱਤ ਜਿਹੜਾ ਮੇਰੇ ਬਜ਼ੁਰਗਾਂ ਨੇ ਕਦੀ ਬਣਾਇਆ ਸੀ ਅਤੇ ਉਹਦੀ ਯਾਦ ਅੱਜ ਤਾਜ਼ਾ ਇੰਨੀ ਆ ਹੋ ਸਕਦੀ ਕਿਤੇ, ਉਹ ਹੀ ਬਾਲੇ ਸਾਲ ਦੇ ਛੱਤ ਸ਼ਤੀਰ ਅੱਜ ਵੀ ਇਸ ਕਾਇਮ ਰੱਖਿਆ 100 ਸਾਲ ਬਾਅਦ ਵੀ। ਬਹੁਤ ਦਿਲ ਖੁਸ਼ ਹੋਇਆ, ਵਾਹ ਜੀ ਵਾਹ। ਲੰਮੀ ਉਮਰ ਵਸਣ ਵਾਸਤੇ ਉਹ ਜਿਹੜੇ ਪਿਛਲੇ ਪਾ ਆਏ ਉਹ ਵੀ ਆਏ ਕਿ ਨਹੀਂ ਭਾਈ?
ਪਲਸਤਰ ਕੀਤਾ ਸਿਰਫ ਮੁਰੰਮਤ ਕਿੰਨੇ ਪੱਕੇ ਕੰਮ ਆ ਜਿਹੜੇ ਕੁਛ ਤੀਰੀਆਂ ਨੂੰ ਕਿੱਥੋਂ ਤੱਕ ਉਸੇ ਤਰ੍ਹਾਂ ਹੀ ਨੇ ਇੰਨੀ ਚੰਗੀ ਲੱਕੜ ਉਦੋਂ ਮਿਲਦੀ ਸੀ ਤੇ ਇੰਨਾ ਉਹਨਾਂ ਨੇ ਖਰਚ ਕੀਤਾ ਵੀ ਮੇਰੀਆਂ ਪੀੜ੍ਹੀਆਂ ਜਿਹੜੀਆਂ ਨੇ ਸੁਖੀ ਵਸਣ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਦਿੱਕਤ ਨਾ ਆਵੇ ਇਹ ਉਦੋਂ ਵੀ ਜਦ ਅਸੀਂ ਇਹਨਾਂ ਭਰਾਵਾਂ ਦੇ ਰਹਿਣੀ ਆ ਜਿਹਨਾਂ ਨੇ ਕਾਇਮ ਰੱਖਿਆ ਨਹੀਂ ਤੇ ਟਾਟਾ ਕੇ ਲੋਕ ਲੈਂਟਰ ਪਾਈ ਜਾਂਦੇ ਜੀ ਆ ਜਾਊਗੇ ਅਸੀਂ ਖੁਦ ਉਹ ਹਵੇਲੀਆਂ ਜਿਹੜੀਆਂ ਸਨ ਉੱਥੇ ਨਿੱਕੀ ਅੜਦੀਆਂ ਹਨ ਸਾਡੇ ਕੋਲ ਉਹ ਅਸੀਂ ਉੱਥੇ ਦੂਜੇ ਮਕਾਨ 'ਚ ਬਣਾਏ ਨੇ ਭਰਾ ਤੁਹਾਡਾ ਤੇ ਯਾਦ ਰੱਖਿਆ ਜੀ ਆਪਣਾ ਉਹ ਵੀ ਸਾਰੀ ਪਾਵਾਂਗੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਬਾਹਰ ਬੈਠੇ ਨੇ ਵੇਖੋ ਸਾਡੇ ਅੱਜ ਵੀ ਯਾਦ ਜੇ ਬਜ਼ੁਰਗ ਤੇ ਨਹੀਂ ਰਹੇ ਪਰ ਉਹਨਾਂ ਦੇ ਹੱਥਾਂ ਦੀਆਂ ਬਣੀਆਂ ਕੜੀਆਂ ਵਾਲੇ ਮੌਜੂਦ ਨੇ ਡਿਜ਼ਾਈਨ ਯਾਦ ਰਹਿ ਗਈ ਭਰਾ ਦੀ ਆਉਣ ਵਾਲੇ ਟਾਈਮ ਤੱਕ ਵੀ ਸ਼ਤੀਰੀ ਦੇ ਭੂੰਡ ਬੈਠਾ ਲਾ ਦੀਏ ਉਹੀ ਲਾ ਦੋ ਸਾਨੂੰ ਯਾਰ ਕੁਛ ਹੀ ਲੈ ਜਾਂਗੇ ਸਾਨੂੰ ਤਾਂ ਵਢਾ ਵੀ ਦਿਓਗੇ ਉਹ ਸੱਜਾ ਵਿਖਾ ਦਿਆਂਗੇ ਅਸੀਂ ਆਹ ਸਾਡੇ ਬਜ਼ੁਰਗਾਂ ਦਾ ਸੀ ਚਲੋ ਆਓ ਬਸ ਸੱਜੇ ਇੱਟ ਲੈ ਕੇ ਜਾਵਾਂਗੇ ਇੱਟ ਹੋ ਜੀ ਉਹਨਾਂ ਨੂੰ ਆਓ ਆਓ ਹਾਂ ਜੀ ਆਓ ਜੀ ਇੱਟ ਲੈ ਲੈਣੇ ਜਾਂਦੇ ਲੈ ਲੈਣੇ ਹਾਂ ਲੈ ਜਾਂਦੇ ਅਸਲਾਮ ਅਲੈਕੁਮ ਜੀ ਲੈ ਲੈਣੇ ਜਾਂਦੇ ਚਲੋ ਆਓ ਜੀ ਆ ਸਾਨੂੰ ਵਿਖਾਓ ਜੀ ਸਲੈਬ ਸਾਡੇ ਬਜ਼ੁਰਗਾਂ ਦੀ ਆਓ ਹਾਂ ਜੀ ਲਿਆਓ ਜੀ ਲਿਓ ਓਏ ਇੱਟ ਚਲੋ ਹੋਰ ਲਿਆ ਇੱਟ ਲੈ ਲੈਣੇ ਆ ਨਿੱਕੀ ਨਾ ਨਿੱਕੀ ਨਾ ਉੱਤੇ ਲਿਆਓ ਜੀ ਲਿਓ ਬਜ਼ੁਰਗਾਂ ਦੀ ਉਸੇ ਸਾਡੇ ਜਿਹੜੇ ਚੁਬਾਰੇ ਉੱਥੇ ਪਏ ਹੋਏ ਨੇ ਅੱਜ ਉੱਥੇ ਰੱਖਾਂਗੇ ਯਾਦ ਜ਼ਰੂਰ ਲਾਵਾਂਗੇ ਮਹਾਰਾਜ ਜ਼ਰੂਰ ਲਿਖਾਂਗੇ ਬਿਲਕੁਲ ਦੱਸਿਆ ਇਹਨਾਂ ਨੇ ਵੀ ਕਦੀਆਂ ਦੀਆਂ ਨੀਆਂ ਪੁੱਟੀਆਂ ਸਨ ਪੌੜੀ ਨਾਲ ਮਿੱਟੀ ਕੱਢਦੇ ਸਨ ਕਿ ਆਉਣ ਵਾਲੇ ਟਾਈਮ 'ਚ ਕੋਈ ਬਹਿ ਨਾ ਜਾਏ ਹਾਂਜੀ ਇਸ ਕਰਕੇ ਆ ਫੜ ਲੈ ਇੱਕ ਅੱਧੀ ਚੱਲੇ ਕਿਲੇ ਲੈ ਆਪਾਂ ਕਿੱਧਰ ਗਿਆ ਰਿਆਸਤ ਕਿੱਧਰ ਗਿਆ ਜੀ ਹਾਂਜੀ ਬਣਾਈ ਠੀਕ ਹੈ ਜੀ ਉਹ ਸਰਕਾਰੀ ਮੁਲਾਜ਼ਮ ਸਨ ਉਹਨਾਂ ਨੂੰ ਪਤਾ ਸੀ ਬੈਟ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਉਹ ਸਰਮਾਏਦਾਰ ਸੀਗੇ ਨਹੀਂ ਜੀ ਬਿਲਕੁਲ ਸਰਮਾਏਦਾਰ ਸਨ ਇਹ ਦੱਸਦੇ ਨੇ ਉਹ ਵੀ ਕੋਈ ਨਹੀਂ ਸੀ ਸਭ ਕੱਚੇ ਮਕਾਨ ਸਨ ਇਹਨਾਂ ਦਾ ਧਿਆਨ ਸੀ ਬੱਚੇ ਪੜਾਓ ਤੇ ਮਕਾਨ ਬਣਾਓ ਬਾਅਦ 'ਚ ਜਿਵੇਂ ਫਿਲਮ ਬਣੀ ਰੋਟੀ ਕੱਪੜਾ ਤੇ ਮਕਾਨ ਇਹ ਸਾਡੇ ਬਜ਼ੁਰਗਾਂ ਨੇ ਪੂਰਾ ਕੀਤਾ ਸੀ ਉਸ ਟਾਈਮ ਤੇ ਅੱਜ ਤੋਂ 100 ਸਾਲ ਪਹਿਲਾਂ ਗਿਆ ਚਾਬੀ ਲੈਣ ਭਗਤ ਸਿੰਘ ਦੇ ਹੁੰਦਿਆਂ ਜਿਹੜੇ ਪਹਿਲੇ ਬਜ਼ੁਰਗ ਸੀ ਨਾ ਵੱਡੇ ਬਜ਼ੁਰਗ ਉਹਨਾਂ ਦੀ ਸੋਚ ਬੜੀ ਵੱਡੀ ਹੁੰਦੀ ਸੀ ਹਾਂਜੀ ਹਾਂਜੀ ਉਹ ਲੰਬਾ ਸੋਚਦੇ ਸੀ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਹਾਂਜੀ ਉਹ ਸੁੱਖ ਹੰਡਾਵੇਗੀ ਸੁੱਖ ਹੰਡਾਵੇ ਠੀਕ ਹੈ ਨਾ ਬਹੁਤ ਦਿਲ ਖੁਸ਼ ਹੋਇਆ ਜੀ ਤੇ ਉਹ ਦੱਸ ਰਹੇ ਨੇ ਤੁਹਾਡਾ ਗਾਡਰ ਇੱਕ ਤੋਲਿਆ 8 ਮਣ ਦਾ ਗਾਡਰ ਹੋਇਆ ਆ ਦੂਜੇ ਪਏ ਨੇ ਮੌਜੂਦ ਆ ਘਰ ਵੇਖੋ ਚੁਬਾਰਾ ਡਿੱਗ ਪਿਆ ਏ ਬਾਕੀ ਇਹਨਾਂ ਨੇ ਮੌਜੂਦ ਅੱਜ ਵੀ ਸੌਣ ਕੇ ਪਿੰਡ ਦੇ ਵਿੱਚ ਉਤਲਾ ਪਿੰਡ ਏ ਉਤਲਾ ਸਿਰਾ ਉੱਚਾ ਚੁਬਾਰੇ ਤੇ ਆਏ ਨੇ ਬਾਕੀ ਉੱਚਾ ਹੈ ਘਰ ਹਾਂਜੀ ਤਸੀਰ ਤਸੀਰ ਦੂਜੀ ਨਾ ਪੜ ਲੋ ਵੇਖ ਲੋ ਤੁਹਾਡੇ ਨੇ ਹੁਣ ਵੇਖੋ ਹਾਂਜੀ ਸਰਦਾਰ ਚਤਰ ਸਿੰਘ ਲੈਫਟੀਨੈਂਟ ਸਪੁੱਤਰ ਸਰਦਾਰ ਤੇਜਾ ਸਿੰਘ ਇਹ ਪੰਜਵੀਂ ਪੀੜੀ ਹੈ ਜੀ ਮੈਂ ਜੋ ਛੇਵਾਂ ਬੱਚਾ ਵਾਂ ਆ ਤੇ ਫੇਰ ਵੇਖ ਲਓ ਮੇਰੇ ਨਾਲ ਗੱਲ ਹੋਈ ਤੇ ਆਂਦੇ ਤੇ ਭੈਣ ਤੂੰ ਸਾਂਭ ਕੇ ਰੱਖੀ ਤੇ ਜਿੰਨਾ ਤੂੰ ਜੋ ਤੇਰੇ ਵਾਸਤੇ ਲਿਆਵਾਂਗੇ ਮੈਂ ਚਲੋ ਠੀਕ ਮੈਂ ਸਾਂਭ ਕੇ 1993 ਚ ਨਹੀਂ ਨਹੀਂ 1800 ਹੋਏਗਾ ਯਾਰ 1700 ਹੋਏਗਾ ਯਾਰ 1800 ਹੋਣਾ ਹੈ ਹਾਂਜੀ 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 ਇਹ ਤੁਹਾਡੀ ਲਿਖਾਈ ਵੇਖ ਲਓ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਬਸ ਮੈਂ ਜੋ 6ਵੀਂ ਪੀੜੀ ਚ ਆ ਜੀ ਇਹ ਨਾਂ ਸਾਡੇ ਪੜਦਾਦੇ ਤੋਂ ਵੀ ਅਗਲੇ ਜੇ 6ਵੀਂ ਪੀੜ੍ਹੀ 'ਚ ਮੈਂ ਇਹਨਾਂ ਦਾ ਬੇਟਾ ਹਾਂ ਜੀ ਹਾਂਜੀ ਇਹ ਚਤਰ ਸਿੰਘ ਲੈਫਟੀਨੈਂਟ ਰੋਸ ਟਾਈਮ ਸਨ ਇਹਨਾਂ ਦੇ ਭਰਾ ਸਨ ਬਹਾਦਰ ਸਿੰਘ
ਇਹ ਸਰ ਚੌਥੀ ਪੰਜਵੀਂ ਪੀੜ੍ਹੀ ਅੱਗੋਂ ਮੈਨੂੰ ਨਹੀਂ ਪੂਰਾ ਯਾਦ, ਮੇਰੇ ਕੋਲ ਲਿਖਿਆ ਵੈਸੇ ਆ ਗਿਆ ਨੈੱਟ 'ਤੇ ਬਾਕੀ ਅਸੀਂ ਇਹਨਾਂ ਦੇ ਬੜੇ ਵੱਡੇ ਸਾਡੇ ਭਾਗ ਲਾਤਾਲ ਦੇ ਜਿਉਂਦਿਆਂ ਦੇ ਆ ਕੇ ਵੇਖ ਸਕੇ ਹਾਂ ਕਿੱਥੇ ਘਰ ਬਾਰ ਉਹ 100 ਸਾਲ ਪੁਰਾਣਾ ਉਹ ਇੱਟਾਂ ਇਹਨਾਂ ਨੇ ਫਿਰ ਦੁਬਾਰਾ ਅੱਜ ਸਵਾਰ ਕੇ ਲਾਈਆਂ ਨੇ ਅਤੇ ਇਸ ਘਰ ਦੇ ਉਦੋਂ ਰਹਿਣੀ ਹੈ ਜਿਹਨਾਂ ਨੇ ਸੰਭਾਲ ਕੇ ਰੱਖਿਆ ਸਾਡਾ। ਦੇਖੋ ਭਾਈ ਸਾਹਿਬ ਆਏ ਤਾਂ ਹੈ ਆਪਣੇ ਮੇਰੀ ਦੇਖਣ, ਹਵੇਲੀ ਵੀ ਦੇਖ ਲਈ ਨਾਲ ਬਜ਼ੁਰਗਾਂ ਦੀ ਨਿਸ਼ਾਨੀ ਨਿਸ਼ਾਨੀ ਵੇਖ ਲਈ ਉੱਥੇ ਉਕਾਰੀ ਹੋਈ ਹੈ ਉਕਾਰੀ ਹੋਈ ਜੀ ਉਹ ਵੀ ਇਹਨਾਂ ਨੇ ਦੇਖ ਲਿਆ ਉਹਨਾਂ ਨੂੰ ਮਿਲ ਗਈ ਨਿਸ਼ਾਨੀ ਬਿਲਕੁਲ ਜੀ ਬਿਲਕੁਲ ਅਸੀਂ ਤੇ ਇਮੋਸ਼ਨਲ ਤੇ ਭਾਵਕ ਹੋ ਰਹੇ ਹਾਂ।